ਕੋਕਾ ਤੇਰਾ ਕੁਝ ਕੁਝ ਕਹਿੰਦਾ ਨੀ ਕੋਕਾ ਤੇਰਾ ਕੁਝ ਕੁਝ ਕਹਿੰਦਾ ਨੀ ਲਹਿੰਗਾ ਤੇਰਾ ਲੁੱਟ ਪੁੱਟ ਲਹਿੰਦਾ ਨੀ ਲਹਿੰਗਾ ਤੇਰਾ ਲੁੱਟ ਪੁੱਟ ਲਹਿੰਦਾ ਮਹਿੰਦੀ ਜਾਨ ਕੱਢ ਲੈਂਦੀ ਤੂੰ ਮਨ ਬਣ ਬੈਂਦੀ ਹੋਸ਼ ਨਾ ਰਹਿੰਦੀ ਕੋਕਾ ਤੇਰਾ ਕੁਝ ਕੁਝ ਕਹਿੰਦਾ ਨੀ ਲਹਿੰਗਾ ਤੇਰਾ ਲੁੱਟ ਪੁੱਟ ਲਹਿੰਦਾ ਨੀ ਕੋਕਾ ਝੁਮਕੇ ਤੇਰੇ ਲੈਣ ਉਲਾਰੇ ਨੀ ਝੁਮਕੇ ਤੇਰੇ ਲੈਣ ਉਲਾਰੇ ਨੀ ਝੁਮਕੇ ਤੇਰੇ ਹੋਰ ਪਿਆਰ ਨੀ ਪੰਜਾਬੀਆਂ ਕੋਲ ਮਤਲਬ ਗੁਰਬਾਣੀ ਤੋਂ ਬਾਅਦ ਵੀ ਜਦੋਂ ਤੁਸੀਂ ਅਸੀਂ ਆਉਂਦੇ ਹਾਂ ਜਿੱਥੇ ਗੀਤਾਂ 'ਚ ਲੋਕ ਗੀਤਾਂ ਦੇ ਵਿੱਚ ਸਾਡੇ ਕੋਲ ਐਡੇ ਐਡੇ ਵੱਡੇ ਲੋਕ ਗੀਤ ਸਾਡੇ ਕੋਲ ਇੰਨੇ ਇੰਨੇ ਵੱਡੇ ਸੂਫੀ ਗਾਣੇ ਨੇ ਕਿ ਸਾਨੂੰ ਡਰੱਗ ਦੀ ਲੋੜ ਨਹੀਂ ਹੈਗੀ ਜ਼ੋਰਦਾਰ ਤਾਲੀਆਂ ਨਾਲ ਨੋ ਡਰੱਗ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਫੋਰਸਮੈਂਟ ਦੇ ਪੱਖੋਂ ਵੀ ਸਾਡੀ ਕਾਰਗੁਜ਼ਾਰੀ ਬਹੁਤ ਤਗੜੀ ਚੱਲ ਰਹੀ ਹੈ ਪਿਛਲੇ 10 ਦਿਨਾਂ ਦੇ ਵਿੱਚ ਰੂਪਨਗਰ ਰੇਂਜ ਦੇ ਵਿੱਚ 65 ਤੋਂ ਵੱਧ FIR NDPS ਐਕਟ ਦੇ ਅਧੀਨ ਦਰਜ ਹੋਈ ਹੈ 85 ਤੋਂ ਵੱਧ ਮੁਜਰਮਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਾਇਆ ਭਾਰੀ ਮਾਤਰਾ ਦੇ ਵਿੱਚ ਕਮਰਸ਼ੀਅਲ ਕੁਆਂਟਿਟੀ ਦੀ ਵੀ NDPS ਦੀ ਰਿਕਵਰੀ ਹੋਈ ਹੈ ਤੇ ਕਈ ਕਮਰਸ਼ੀਅਲ ਕੁਆਂਟਿਟੀ ਦੇ ਜਿਹੜੇ ਸਮਗਲਰਸ ਹੈਗੇ ਉਹਨਾਂ ਦੀ ਪ੍ਰੋਪਰਟੀ ਫਰੀਜ਼ ਕਰਨ ਦਾ ਕੰਮ ਚੱਲ ਰਿਹਾ ਹੈ ਪਿਛਲੇ 10 ਸਾਲਾਂ ਦੇ ਵਿੱਚ ਰੂਪਨਗਰ ਰੇਂਜ ਦੇ ਵਿੱਚ 27 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਕਮਰਸ਼ੀਅਲ ਸਮਗਲਰਾਂ ਦੀ ਫਰੀਜ਼ ਜਾਂ ਅਟੈਚ ਹੋਈ ਹੈ ਜਿਸ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਰਿਹਾਇਸ਼ੀ ਮਕਾਨ ਟਰੈਕਟਰ ਟਰਾਲੀ ਕਾਰ ਤੇ ਮੋਟਰਸਾਈਕਲ ਸ਼ਾਮਿਲ ਹਨ
ਇਹ ਮੁਹਿੰਮ ਅੱਗੇ ਵੀ ਵੱਧ ਚੜ ਕੇ ਜਾਰੀ ਰਹੂਗੀ ਤੇ ਜਿਹੜੇ ਹਰੇਕ ਪੁਆਇੰਟ ਆਫ ਸੇਲ ਹੈਗੇ ਉੱਥੇ ਛੋਟੇ ਤੋਂ ਛੋਟੇ ਟੇਲਰ ਤੋਂ ਲੈ ਕੇ ਜਿਹੜੇ ਵੱਡੇ ਤੋਂ ਵੱਡੇ ਸਪਲਾਇਰ ਹੈਗੇ ਉਹਨਾਂ ਤੇ ਕਾਨੂੰਨੀ ਸ਼ਿਕੰਜਾ ਕੱਸ ਕੇ ਅਸੀਂ ਨਸ਼ੇ ਨੂੰ ਪੂਰੇ ਤਰੀਕੇ ਨਾਲ ਖਤਮ ਕਰ ਦੇਵਾਂਗੇ। ਲੋਕਾਂ ਨੂੰ ਖੋਫ ਹੈ, ਪੁਲਿਸ ਨੂੰ ਜਾਣਕਾਰੀ ਦੇਣ ਤੋਂ ਡਰਦੇ ਹੈ ਨਸ਼ਾ ਤਸਕਰਾਂ ਦੀ, ਉਹਨਾਂ ਦੇ ਮਨ ਤੋਂ ਖੋਫ ਨੂੰ ਕਿੱਦਾਂ ਕੱਢਿਆ ਜਾ ਸਕਦਾ? ਮੈਂ ਸਾਰੇ ਲੋਕਾਂ ਨੂੰ ਤੁਹਾਡੇ ਮੀਡੀਆ ਦੇ ਸਾਡੇ ਜਿਹੜੇ ਭਾਈ ਆ ਜਿੱਥੇ ਮੌਜੂਦ ਹੈਗੇ ਉਹਨਾਂ ਦੇ ਰਾਹੀਂ ਆਸ਼ਵਾਸਿਤ ਕਰਨਾ ਚਾਹੁੰਦੀ ਹੈ ਕਿ ਲੋਕ ਵੱਧ ਚੜ ਕੇ ਇੱਥੇ ਸਾਹਮਣੇ ਆਉਣ, ਪੁਲਿਸ ਨੂੰ ਜਾਣਕਾਰੀ ਦੇਣ, ਉਹਨਾਂ ਦਾ ਨਾਮ ਉਹਨਾਂ ਦੀ ਪਹਿਚਾਣ ਗੁਪਤ ਰੱਖੀ ਜਾਊਗੀ ਤੇ ਜਿਹੜੀ ਜਾਣਕਾਰੀ ਉਹ ਦਿੰਦੇ ਹੈਗੇ ਉਹਨਾਂ ਤੇ ਤਾਬੜਤੋਬ ਕਾਰਵਾਈ ਕੀਤੀ ਜਾਊਗੀ ਤੇ ਸਖਤ ਤੋਂ ਸਖਤ ਐਕਸ਼ਨ ਤੁਸੀਂ ਦੇਖ ਵੀ ਰਹੇ ਹੋ ਤੇ ਤੁਸੀਂ ਕਿ ਪਿਛਲੇ ਦਿਨਾਂ 'ਚ ਅਸੀਂ ਕਿੰਨਾ ਸਖਤ ਐਕਸ਼ਨ ਲਿਆ ਤੇ ਇਹ ਮੁਹਿੰਮ ਸਾਡੀ ਜਾਰੀ ਰਹੂਗੀ ਜਦ ਤੱਕ ਪੂਰੇ ਤਰੀਕੇ ਨਾਲ ਅਸੀਂ ਖਾਤਮਾ ਨਹੀਂ ਕਰ ਦਿੰਦੇ। ਤੇ ਤੁਹਾਨੂੰ ਇੱਜ਼ਤ ਵੀ ਮਿਲੇਗੀ, ਤੁਹਾਨੂੰ ਇੰਟਰਨੈਸ਼ਨਲੀ ਵੀ ਤੁਹਾਨੂੰ ਇੱਜ਼ਤ ਮਿਲੇਗੀ, ਅੰਤਰਰਾਸ਼ਟਰੀ ਤੌਰ ਤੇ ਵੀ ਤੁਸੀਂ ਬਹੁਤ ਵੱਡੇ ਤਰੀਕੇ ਨਾਲ ਜਾਣੇ ਜਾਓਗੇ ਕਿ ਇਹ ਬਹੁਤ ਗਹਿਰੀ ਧਰਤੀ ਤੋਂ ਆਏ ਨੇ, ਬਹੁਤ ਗੰਭੀਰ ਧਰਤੀ ਤੋਂ ਆਏ ਨੇ ਜਿੱਥੇ ਬਾਬੇ ਨਾਨਕ ਦੀ ਬਾਣੀ ਹੈ।